ਮੈਂ surjit singh jandiala ajit web tv ਦੇ ਦਰਸ਼ਕਾਂ ਦੇ ਰੂਬਰੂ ਕਰ ਰਿਹਾ ਹਾਂ ਵਿਧਾਨ ਸਭਾ ਹਲਕਾ ਜਲੰਧਰ ਸ਼ੌਣੀ ਤੋਂ ਭੋਜਨ ਸਮਾਜ ਪਾਰਟੀ ਵੱਲੋਂ ਚੋਣ ਲੜ ਰਹੇ ਸ਼੍ਰੀ ਅਮਰੀਕ ਬਾਗੜੀ ਜੀ ਨੂੰ ਆਓ web tv ਦੇ ਦਰਸ਼ਕਾਂ ਲਈ ਕੁਝ ਸਵਾਲ ਉਹਨਾਂ ਕੋਲੋਂ ਪੁੱਛਦੇ ਹਾਂ ਭੋਜਨ ਸਮਾਜ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਬਣਾਈ ਜਾਣ ਤੇ ਅਸੀਂ ਜਿੱਥੇ ਤੁਹਾਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ ਉੱਥੇ ਆਪਣੇ ਪਿਛੋਕੜ ਅਤੇ ਸਿਆਸੀ ਜੀਵਨ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਕੋਈ ਜਾਣਕਾਰੀ ਦਿਓ ਬਹੁਤ ਬਹੁਤ ਧੰਨਵਾਦੀ ਜੀ ਸ਼ੁਭ ਕਾਮਨਾਵਾਂ ਦੇਣ ਲਈ ਮੈਂ ਮੇਰਾ ਜਿਹੜਾ ਪਿਛੋਕੜ ਹੈ ਪਿਛੋਕੜ ਮੇਰਾ ਇਹ ਅਸੀਂ ਲੇਬਰ ਤੱਕੇ ਤੋਂ ਸਟਾਰਟ ਹੋਏ ਆ ਪਿਛੋਕੜ ਇਹ ਆ ਕਿ ਅਸੀਂ ਖੁਦ ਜਿਹੜੀ ਹੈ ਮਜ਼ਦੂਰੀ ਕੀਤੀ ਹੈ ਸਾਨੂੰ ਮਜ਼ਦੂਰਾਂ ਦੇ ਦੁੱਖ ਦਰਦ ਦਾ ਵੀ ਪਤਾ ਆ ਤੇ ਅਸੀਂ ਖੁਦ ਮਜ਼ਦੂਰੀ ਕੀਤੀ ਆ ਕਿਉਂਕਿ ਅਸੀਂ ਸਾਡੇ ਫਾਦ ਸਾਹਿਬ ਵੀ ਕੋਈ ਵੱਡੇ ਅਫੀਸਰ ਨਹੀਂ ਸੀਗੇ ਉਹ ਮਜਦੂਰੀ ਤੋਂ ਸਟਾਰਟ ਹੋਈ ਸੀ ਅਸੀਂ ਜਦੋਂ ਪੜਦੇ ਹੁੰਦੇ ਸੀਗੇ ਨਾਲ ਉਹਨਾਂ ਦੇ ਮਜਦੂਰੀ ਕਰਦੇ ਹੁੰਦੇ ਸੀਗੇ ਤੇ ਇਸ ਤਰ੍ਹਾਂ ਹੀ ਅਸੀਂ ਮਜਦੂਰੀ ਕਰਦੇ ਕਰਦੇ ਅੱਗੇ ਵਧੇ ਆ ਔਰ ਉਸ ਤੋਂ ਬਾਅਦ ਸਾਬ ਕਾਂਸ਼ੀ ਰਾਮ ਜੀ ਜਦੋਂ ਆਏ ਪੰਜਾਬ 1992 ਚ ਤੇ ਅਸੀਂ ਉਹਨਾਂ ਨੂੰ ਸੁਣਿਆ ਉਹਨਾਂ ਤੋਂ ਪ੍ਰਭਾਵਿਤ ਹੋਏ ਤੇ ਅਸੀਂ ਅਸੀਂ ਬੂਥ ਲੈਵਲ ਤੋਂ ਸਟਾਰਟ ਹੋ ਕੇ ਮੈਂ ਮੈਂ ਪੰਜਾਬ ਸਟੇਟ ਯੂਥ ਦਾ ਪ੍ਰੈਜ਼ੀਡੈਂਟ ਰਿਆਂ ਤੇ ਮੈਨੂੰ ਬਹੁਤ ਵੱਡਾ ਮਾਣ ਬਖਸ਼ਿਸ਼ ਕੀਤਾ ਦਰਸ਼ਕਾਂ ਨੇ ਔਰ ਮੇਰੇ ਬਹੁਜਨ ਸਮਾਜ ਦੇ ਸਰਬ ਸਮਾਜ ਦੇ ਲੋਕਾਂ ਨੇ ਸਮਾਜ ਸੇਵਾ ਦੇ ਖੇਤਰ ਵਿੱਚ ਹੁਣ ਤੱਕ ਤੁਹਾਡਾ ਕੀ ਯੋਗਦਾਨ ਰਿਹਾ ਬਗੜੀ ਸਾਹਿਬ ਮੇਰਾ ਸਰ ਮੈਂ ਆਪਣੇ ਆਪ ਨੂੰ ਤਾਂ ਕਹਿੰਦਾ ਨਹੀਂ ਕਿ ਮੇਰਾ ਯੋਗਦਾਨ ਰਿਹਾ ਇਹ ਆ ਕਿ ਜਦੋਂ ਵੀ ਕਿਸੇ ਗਰੀਬ ਗੁਰਬੇ ਦੇ ਕੋਈ ਦੁੱਖ ਦਰਦ ਹੁੰਦਾ ਤੇ ਉਹਦੇ ਵਿੱਚ ਅਸੀਂ ਸਹਾਇ ਹੋਈਦਾ ਅੱਖਾਂ ਦੇ ਕੈਂਪ ਲਾਈਦੇ ਆ ਕਿਸੇ ਗਰੀਬ ਲੜਕੀ ਦਾ ਵਿਆਹ ਹੁੰਦਾ ਤੇ ਅਸੀਂ ਗਰੀਬ ਲੜਕੀ ਦਾ ਵਿਆਹ ਕਰਨ ਵੀ ਜਾਈਦਾ ਇਹ ਸਾਡੇ ਜਿਹੜੇ ਆ ਸੋਸ਼ਲ ਵਰਕ ਆ ਜੇਕਰ ਕੋਈ ਕਿਸੇ ਗਰੀਬ ਗਰੀਬ ਵਿਦਿਆਰਥੀ ਨੂੰ ਫੀਸ ਜਾਂ ਉਹਨੂੰ ਯੂਨੀਫਾਰਮ ਦੀ ਜ਼ਰੂਰਤ ਹੁੰਦੀ ਹੈ ਉਹ ਵੀ ਲੈ ਕੇ ਦੇਈ ਦਿਆਂ ਔਰ ਜੇ ਕਿਸੇ ਗਰੀਬ ਇਨਸਾਨ ਨੂੰ ਕਿਸੇ ਵਿਕਾਸ ਨੂੰ ਸੰਬੰਧ ਰੱਖਦਾ ਹੋਵੇ ਅਸੀਂ ਸਾਨੂੰ ਪਤਾ ਲੱਗ ਜਾਵੇ ਕਿ ਇਹ ਇਹਦੀ ਕੋਈ مالی ਸਹਾਇਤਾ ਕਰਨੀ ਹੈ ਤੇ ਅਸੀਂ ਉਹ ਮਾਲੀਸ਼ਾਤਾ ਵੀ ਕਰੀਦੀ ਐ ਜੇ ਕਿ ਜੇ ਕੋਈ ਸਾਨੂੰ ਪਤਾ ਲੱਗ ਜਵੇ ਕਿਸੇ ਹਸਪੀਟਲ ਦੇ ਵਿੱਚ ਜਿਹੜਾ ਆ ਇਹ ਗਰੀਬ ਗਰੀਬ ਇਨਸਾਨ ਜਿਹੜਾ ਆ ਦਵਾਈ ਤੋਂ ਬਿਨਾਂ ਜਿਹੜਾ ਆ ਉਹਨੂੰ ਉਹਦੇ ਕੋਲ ਪੈਸੇ ਹੈ ਨਹੀਂ ਉਹ ਤੇ ਅਸੀਂ ਉਥੇ ਹਸਪੀਟਲ ਤੱਕ ਵੀ ਪਹੁੰਚ ਕਰੀਦੀ ਆ ਕਿ ਇਸ ਗਰੀਬ ਦਾ ਲਾਜ ਹੋ ਜਵੇ ਅਸੀਂ ਆਪਣੇ ਕੁਝ ਪੈਸੇ ਕਈ ਆਪਣੇ ਸੰਸਥਾਾਂਾਂ ਬਣਾਈਆਂ ਉਥੋਂ ਇਕੱਠੇ ਵੀ ਕਰ ਲੈਂਦੇ ਪਰ ਕੋਸ਼ਿਸ਼ ਕਰਦਾ ਕਿ ਮੈਂ ਆਪਣੀ ਪੌਕਟ ਚੋਂ ਜ਼ਿਆਦਾ ਦਵਾਂ ਔਰ ਮੈਂ ਪਰ ਇਹ ਆ ਕਿ ਮੈਂ ਦਸਨ 'ਚ ਯਕੀਨ ਨਹੀਂ ਕਰਦਾ ਕਿਉਂਕਿ ਮੈਂ ਚਾਹੁੰਦਾ ਕਿ ਇਹ ਆ ਕਿ ਪ੍ਰਮਾਤਮਾ ਨੇ ਸਾਨੂੰ ਮੌਕਾ ਦਿੱਤਾ ਆ ਤੇ ਇਹ ਅਸੀਂ ਗਰੀਬ ਗੁਰਬਿਆਂ ਦੇ ਸੇਵਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਜੀ ਤੁਸੀਂ ਕਿਸ ਉਦੇਸ਼ ਨਾਲ ਰਾਜਨੀਤੀ ਵਿੱਚ ਆਏ ਹੋ ਮੇਰਾ ਉਦੇਸ਼ ਇਹ ਆ ਗਰੀਬ ਗੁਰਬੇ ਇਨਸਾਨੀਅਤ ਦੀ ਸੇਵਾ ਕਰਨਾ ਜੇਕਰ ਤੁਸੀਂ ਸਫਲ ਹੁੰਦੇ ਹੋ ਵਿਧਾਨ ਸਭਾ ਵਿੱਚ ਪੁੱਜਦੇ ਹੋ ਤਾਂ ਹਲਕੇ ਦੇ ਵਿੱਚ ਕਿਹੜੇ-ਕਿਹੜੇ ਕੰਮ ਕਰਵਾਉਣ ਵਾਲੇ ਆ ਜਿਨ੍ਹਾਂ ਨੂੰ ਤੁਸੀਂ ਪਹਿਲ ਦਿਓਗੇ ਹਲਕੇ ਦੇ ਵਿੱਚ ਕਾਫੀ ਕੰਮ ਕਰਾਉਣੇ ਆਲੇ ਆ ਅਕਾਲੀ ਅਕਾਲੀ ਗਵਰਨਮੈਂਟ ਵੀ ਰਹੀ ਆ ਅਕਾਲੀ ਤੋਂ ਅਕਾਲੀ ਦਲ ਦਾ ਵਿਧਾਇਕ ਰਿਹਾ ਸਰਦਾਰ ਪ੍ਰਗਤ ਸਿੰਘ ਜੀ ਔਰ ਪਹਿਲਾਂ ਉਸ ਤੋਂ ਪਹਿਲਾਂ ਜਿਹੜਾ ਕਾਂਗਰਸ ਦਾ ਵਿਧਾਇਕ ਰਿਹਾ ਸਰਦਾਰ ਜਗਵੀਰ ਸਿੰਘ ਜੀ ਉਹਨਾਂ ਨੇ ਹਲਕੇ ਹਲ ਧਿਆਨ ਨਹੀਂ ਦਿੱਤਾ ਔਰ ਬਹੁਤ ਜਿਆਦਾ ਜਿਹੜਾ ਆ ਇਸ ਟਾਈਮ ਵਿਕਾਸ ਹੋਣ ਵਾਲਾ ਹਲਕੇ ਦਾ ਰੋਡ ਬਣਨੇ ਵਾਲਾ ਸੀਵਰੇਜ ਪੈਣੇ ਵਾਲਾ ਵਾਟਰ ਸਪਲਾਈ ਪੈਣੇ ਵਾਲੀ ਆ ਔਰ ਵੱਡਾ ਜਿਹੜਾ ਹੈਗਾ ਉਹ ਜਿਹੜਾ ਕਿ ਕੈਂਟ ਕੈਂਟ ਕੰਟੋਨਮੈਂਟ ਦੀ ਜਿਹੜੀ ਚੁੰਗੀ ਦਾ ਮਸਲਾ ਆ ਉਜੇ ਮਨੂਰ ਜਿਹੜੇ ਜਿਹੜੇ ਸੇਵਾ ਦਾ ਮੌਕਾ ਮਿਲਦਾ ਹੈ ਤੇ ਮੈਂ ਪਹਿਲ ਦੇ ਦਾਰ ਤੇ ਜਿਹੜੀ ਚੁੰਗੀ ਖਤਮ ਕਰੂੰਗਾ ਇੱਕ ਸਾਡੇ ਜਿਹੜਾ ਕਿ ਜਮਸ਼ੇਰ ਦੇ ਵਿੱਚ ਜਿਹੜਾ ਕੂੜੇ ਦਾ ਜਿਹੜਾ ਡੰਪ ਲੱਗਣ ਜਾ ਰਿਹਾ ਉਹ ਤਾਂ ਮੈਂ ਮੈਂ ਲੋਕਾਂ ਨੂੰ ਮੈਂ ਸਾਰੇ ਆਪਣੇ ਕੈਂਟ ਵਾਸੀਆਂ ਨੂੰ ਵਾਦਾ ਕਰਦਾ ਹਾਂ ਕਿ ਪਹਿਲ ਦੇ ਦਾਰ ਤੇ ਉਹਨੂੰ ਮੈਂ ਕਦੇ ਹਰ ਕਿਸਮ ਨਹੀਂ ਲੱਗਣ ਦਊਗਾ ਕਿਉਂਕਿ ਕਿਉਂਕਿ ਜੇਕਰ ਉਹ ਉੱਥੇ ਉੱਥੇ ਕੂੜੇ ਦਾ ਡੰਪ ਲੱਗਦਾ ਤੇ ਉਹ ਉਹਦੇ ਨਾਲ ਜਿਹੜੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਕੂੜਾ ਜਿਹੋ ਸਾਰੇ ਸ਼ਹਿਰ ਦਾ ਜਿਹੜਾ ਕੂੜਾ ਉਧਰ ਨੂੰ ਜਾਣ ਲੱਗ ਪਵੇ ਤੇ ਸਾਰੇ ਸਾਡੇ ਕੈਂਟ ਵਾਸੀ ਜਿਹੜੇ ਆ ਬਹੁਤ ਜ਼ਿਆਦਾ ਪਰੇਸ਼ਾਨ ਆ ਪਹਿਲਾਂ ਵੀ ਐਜੀਟੇਸ਼ਨ ਚੱਲਦੇ ਆ ਸੀ ਉਹਨਾਂ ਦਾ ਸਾਥ ਦਿੰਦੇ ਰਹੇ ਆ ਤੇ ਔਰ ਅਸੀਂ ਇਹ ਹਰ ਕਿਸ ਲੱਗਣ ਨਹੀਂ ਦਵਾਗੇ ਤੁਹਾਡੀ ਨਜ਼ਰ ਵਿੱਚ ਪੰਜਾਬ ਵਿੱਚ ਕਿਹੜੀਆਂ ਵੱਡੀਆਂ ਸਮੱਸਿਆਵਾਂ ਆਆਂ ਤੇ ਉਹਨਾਂ ਦਾ ਹੱਲ ਕੀ ਆ ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਸਮੱਸਿਆਵਾਂ ਆਆਂ ਖਾਸ ਕਰਕੇ ਕੈਂਟ ਹਲਕੇ ਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਆਆਂ ਕੈਂਟ ਹਲਕੇ ਦੇ ਵਿੱਚ ਕੋਈ ਕੋਈ ਵਧੀਆ ਸਟੇਡੀਅਮ ਨਹੀਂ ਹੈਗਾ। ਨਾ ਵਧੀਆ ਗਰਾਊਂਡ ਹੈ ਕੋਈ। ਔਰ ਨਾ ਕੋਈ ਵਧੀਆ ਹਸਪੀਟਲ ਹੈ। ਉਹ ਪੰਜਾਬ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਆ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਸਮੱਸਿਆਵਾਂ ਆ। ਪਹਿਲੀ ਗੱਲ ਵੱਡੀ ਸਮੱਸਿਆ ਹੈਗੀ ਆ ਨਸ਼ਾ। ਜਿਹੜਾ ਕਿ ਯੂਥ ਯੂਥ ਦੇ ਵਿੱਚ ਜਿਹੜਾ ਕਿ ਸਾਡਾ ਪੰਜਾਬ ਅੱਜ ਬਦਨਾਮ ਹੋ ਗਿਆ ਆ ਕਿ ਨਸ਼ੇ ਕਰਕੇ ਕਿ ਜਿਹੜਾ ਯੂਥ ਨੂੰ ਬਦਨਾਮ ਕਰਤਾ ਆ ਕਿਉਂਕਿ ਮੌਕੇ ਦੀਆਂ ਸਰਕਾਰਾਂ ਨੇ ਔਰ ਯੂਥ 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 ਜਿਹੜਾ ਆ ਬਹੁਤ ਜ਼ਿਆਦਾ ਨਸ਼ੇ ਦੀ ਗ੍ਰਸਤ ਹੋ ਗਿਆ। ਅਸੀਂ ਪਹਿਲ ਦੇ ਆਧਾਰ ਤੇ ਜਿਹੜਾ ਆ ਜਿਹੜਾ ਨਸ਼ਾ ਆ ਉਹ ਬੰਦ ਕਰਾਂਗੇ ਸਾਡੇ ਸੂਬੇ ਨੂੰ ਇਸ ਵੇਲੇ ਕਿਹੋ ਜੀ ਸਰਕਾਰ ਦੀ ਜਰੂਰਤ ਹੈ ਸਾਡੇ ਸੂਬੇ ਨੂੰ ਇਸ ਟਾਈਮ ਵਧੀਆ ਸਰਕਾਰ ਦੀ ਜਰੂਰਤ ਹੈ ਜਿਹੜੇ ਕਿ ਡਵੈਲਪਮੈਂਟਲ ਧਿਆਨ ਦੇਵੇ ਔਰ ਜਿਹੜਾ ਨੌਜਵਾਨਾਂ ਨੂੰ ਰੋਜ਼ਗਾਰ ਮਹੱਇਆ ਕਰਾਵੇ ਔਰ ਵਧੀਆ ਜਿਹੜਾ ਸੁੱਖ-ਸੁਭਦਵਾਂ ਲੋਕਾਂ ਨੂੰ ਦੇਵੇ ਔਰ ਵਧੀਆ ਹਸਪੀਟਲ ਬਣਨ ਵਧੀਆ ਸਟੇਡੀਅਮ ਬਣਨ ਔਰ ਬੇਰੋਜ਼ਗਾਰੀ ਖਤਮ ਹੋਵੇ ਰੋਜ਼ਗਾਰ ਦੇ ਪ੍ਰਬੰਧ ਹੋਣ ਤੇ ਸ਼ੁਰੂਆਤ ਦੇ ਭਲੇ ਦੀ ਗੱਲ ਹੋਵੇ ਇਹੋ ਜੀ ਸਰਕਾਰ ਦੀ ਜ਼ਰੂਰਤ ਹੈ ਅਜੀਤ ਬੈਬ ਟੀਵੀ ਦੇ ਦਰਸ਼ਕਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਆਪਣੇ ਵੱਲੋਂ ਜਾਂ ਆਪਣੀ ਪਾਰਟੀ ਵੱਲੋਂ ਮੈਂ ਆਪਣੇ ਵੱਲੋਂ ਮੈਂ ਆਪਣੇ ਵੱਲੋਂ ਇਹੀ ਸਨੇਹਾ ਦੇਣਾ ਚਾਹੁੰਦਾ ਹਾਂ ਕਿ 4 ਫਰਵਰੀ ਨੂੰ ਵੋਟ ਪੈਣ ਜਾ ਰਹੀ ਹੈ ਤੇ ਜਿਹੜੀ ਬੋਟ ਦਾ ਇਸਤੇਮਾਲ ਕਰਨਾ ਹੈ ਉਹ ਤੁਸੀਂ ਬਹੁਤ ਹੀ ਸਮਝ ਸੋਚ ਕੇ ਕਰੋ ਜਿਹੜੇ ਜਿਹੜਾ ਜਿਹੜੇ ਲੋਕ ਸਮਾਜ ਦੀ ਸੇਵਾ ਕਰ ਸਕਦੇ ਹੋਣ ਉਹ ਸਮਾਜ ਨੂੰ ਅੱਗੇ ਲੈ ਕੇ ਜਾ ਸਕਦੇ ਹੁਣ ਔਰ ਯੂਥ ਯੂਥ ਦਾ ਜਿਹੜਾ ਆ ਨੌਜਵਾਨਾਂ ਦਾ ਭਵਿੱਖ ਬਣਾ ਸਕਦੇ ਹੁਣ ਉਹਨਾਂ ਉਹਨੂੰ ਵੋਟ ਕਰੋ ਇਹ ਆ ਕਿ ਤੁਸੀਂ ਸਾਰੇ ਜਣੇ ਮੇਰੇ ਮੇਰੇ ਜਿਹੜੇ ਵੋਟਰ ਭਰਾ ਆ ਮੇਰੇ ਆਡੀਅנס ਆਡੀਅנס ਵੀਰ ਆ ਉਹ ਸਾਰੇ ਇਸ ਗੱਲ ਦਾ ਖਿਆਲ ਰੱਖਣ ਕਿ ਜਿਸ ਇਨਸਾਨ ਦਾ ਜਿਸ ਕੈਂਡੀਡੇਟ ਦਾ ਬੈਕਗ੍ਰਾਉਂਡ ਕ੍ਰਿਮੀਨਲ ਹੈ ਉਹਨੂੰ ਹਰ ਕਿਸਨਾ ਵੋਟ ਦੇਣ ਔਰ ਆਪਾਂ ਸਾਰੇ ਮਿਲ ਕੇ ਪੰਜਾਬ ਨੂੰ ਬਚਾਉਣਾ ਆ ਪੰਜਾਬ ਦੀ ਸਿਰਜਣਾ ਕਰਨੀ ਆ ਨਹੀਂ ਤਾਂ ਪੰਜਾਬ ਜਿਹੜਾ ਆ ਪਹਿਲਾ ਪੰਜਾਬ ਨਹੀਂ ਰਹਿ ਗਿਆ ਪੰਜਾਬ ਪਹਿਲਾਂ ਸੋਨੇ ਦੀ ਚੜੀ ਹੁੰਦੀ ਸੀ ਅੱਜ ਪੰਜਾਬ ਜਿਹੜਾ ਆ ਉਹ ਪੰਜਾਬ ਜਿਹੜਾ ਆ ਕਰਜ਼ਿਆਂ ਦੇ ਵਿੱਚ ਜਿਹੜਾ ਆ ਔਰ ਕਰਜ਼ਿਆਂ ਦੇ ਵਿੱਚ ਡੁੱਬਿਆ ਪਿਆ ਆ ਲੱਖਾਂ ਕਰੋੜਾਂ ਦਾ ਕਰਜ਼ਾ ਪੰਜਾਬ ਤੇ ਚੜਿਆ ਹੋਇਆ ਆ ਆਓ ਸਾਰੇ ਆਪਾਂ ਆਪਾਂ ਮਿਲ ਕੇ ਪੰਜਾਬ ਨੂੰ ਬਚਾਈਏ ਪੰਜਾਬ ਦੀ ਜਵਾਨੀ ਨੂੰ ਬਚਾਈਏ ਪੰਜਾਬ ਦੀ ਕਿਸਾਨੀ ਨੂੰ ਬਚਾਈਏ ਜੈ ਭੀਮ ਜੈ ਭਾਰਤ ਬਗੜੀ ਸਾਹਿਬ ਅਜੀਤ ਵੈਬ ਸਟੂਡੀਓਨ ਤੇ ਅਸੀਂ ਆਪ ਜੀ ਦਾ ਹਾਰਦਿਕ ਧੰਨਵਾਦ ਕਰਦੇ ਆਂ ਸਾਡੀਆਂ ਛੋਭੇ ਸ਼ਾਮਾਂ ਆਪ ਜੀ ਦੇ ਨਾਲ ਨੇ ਧੰਨਵਾਦ ਮੈਂ ਵੀ ਧੰਨਵਾਦ ਕਰਦਾ ਜੀ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿੱਤਾ ਮੈਂ ਤੁਹਾਡਾ ਹਰ ਮੈਂ ਤਹਿ ਦਿਲੋਂ ਧੰਨਵਾਦ ਕਰਨਾ ਇਹ ਸੰਵਿਧਾਨ ਸਭਾ ਹਲਕਾ ਜਲੰਧਰ ਸ਼ਾਣੀ ਤੋਂ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਅਮਰੀਕ ਬਾਗੜੀ ਜਿਨ੍ਹਾਂ ਨੂੰ ਅਜੀਤ ਵੈਬ ਟੀਵੀ ਦੇ ਦਰਸ਼ਕਾਂ ਦੇ ਰੂਬਰੂ ਕੀਤਾ ਗਿਆ ਹੈ ਅਗਲੀ ਵਾਰ ਅਸੀਂ ਨਵੇਂ ਉਮੀਦਵਾਰ ਨਾਲ ਅਜੀਤ ਵੈਬ ਟੀਵੀ ਦੇ ਦਰਸ਼ਕਾਂ ਦੇ ਰੂਬਰੂ ਹੋਵਾਂਗੇ ਧੰਨਵਾਦ